ਤੇ ਉਹਨਾਂ ਦੇ ਨਾਲ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹਨੇ ਅਚਾਨਕ ਮੈਨੂੰ ਆ ਕੇ ਫੜ ਲਿਆ ਮੇਰਾ ਬੱਚਾ ਘਬਰਾ ਕੇ ਫਟਾਫਟ ਘਰੇ ਗਿਆ ਉਹਨਾਂ ਨੇ ਫੈਮਿਲੀ ਬੁਲਾ ਕੇ ਲਿਆਂਦੀ ਫਿਰ ਮੇਰਾ ਛੋਟਾ ਬ੍ਰਦਰ ਆਇਆ ਜਿਹਦੇ ਨਾਲ ਹੁਣ ਆ ਹਾਦਸਾ ਹੋਇਆ ਵਾ ਅਚਾਨਕ ਹੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਘੇਰ ਕੇ ਉਹਨਾਂ ਨੂੰ ਪਿੱਛੇ ਦੀ ਕੀ ਉਹਦੇ ਮਾਰਿਆ ਕੀ ਨਹੀਂ ਮਾਰਿਆ ਹੈਗਾ ਉਹਨੇ ਆਊਟ ਹੋ ਗਿਆ ਪਤਾ ਨਹੀਂ ਕੀ ਉਹਦੇ ਸੀਨੇ 'ਚ ਮਾਰਿਆ ਕੀ ਨਹੀਂ ਮਾਰਿਆ ਹੈਗਾ ਇਸ ਟਾਈਮ ਉਹ ਹੈ ਨਹੀਂ ਸਾਡੇ ਨਾਲ ਇਸ ਟਾਈਮ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਉਹਨੂੰ ਨਹੀਂ ਭਾਈ ਤੇ 32 33 ਸਾਲ ਉਮਰ ਵਿਆਹ ਹੈ ਮੁੰਡਾ ਹਾਂਜੀ ਦੋ ਬੱਚੇ ਨੇ ਉਹਨਾਂ ਦੇ ਛੋਟੇ ਛੋਟੇ ਉਹਦਾ ਕੀ ਨਾਮ ਹੈ ਤੁਹਾਡਾ ਜੀ ਅਮਨਦੀਪ ਸਿੰਘ ਜੀ ਤੇ ਕਿਹੜੀ ਜਗ੍ਹਾ ਰਹਿੰਦੇ ਹੋ ਤੁਸੀਂ ਟਨਾਰੀ ਖੁਰਦ ਤੇ ਕੀ ਗੱਲਬਾਤ ਕੀ ਹੈ ਗੱਲਬਾਤ ਕੁਝ ਵੀ ਨਹੀਂ ਹੋਈ ਬਸ ਜੀ ਤੇ ਗਏ ਜੀ ਮੇਰੇ ਛੋਟੇ ਬੇਟੇ ਦਾ ਜੂਸ ਪੀਣ ਦੀ ਆਦਤ ਉਹਨੂੰ ਮੈਂ ਜੂਸ ਪਾਣ ਗਿਆ ਸੀਗਾ ਤੇ ਉੱਥੇ ਜਿੰਨਾ ਦੇ ਲਾਣ ਇਹਨਾਂ ਦਾ ਮੇਰੇ ਬ੍ਰਦਰ ਦਾ ਹਾਦਸਾ ਹੋਇਆ ਵਾ ਲੜਾਈ ਝਗੜਾ ਹੋਇਆ ਵਾ ਉਹ ਦਾਰੂ ਪੀਤੀ ਹੋਈ ਸੀ ਉਹਨਾਂ ਦੀ ਉਹ ਅਚਾਨਕ ਆਏ ਆ ਕੇ ਡੈਪੇ ਨਾਣ ਦਾ ਵੀ ਹੱਥ ਲੱਗ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹਨਾਂ ਨੇ ਅਚਾਨਕ ਮੈਨੂੰ ਆ ਕੇ ਫੜ ਲਿਆ ਮੇਰਾ ਬੱਚਾ ਘਬਰਾ ਕੇ ਫਟਾਫਟ ਘਰੇ ਗਿਆ ਉਹਨਾਂ ਨੇ ਫੈਮਿਲੀ ਬੁਲਾ ਕੇ ਲਿਆਂਦੀ ਫਿਰ ਮੇਰਾ ਛੋਟਾ ਬ੍ਰਦਰ ਆਇਆ ਜਿਹਦੇ ਨਾਲ ਹੁਣ ਆ ਹਾਦਸਾ ਹੋਇਆ ਵਾ ਉਹ ਅਚਾਨਕ ਹੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਘੇਰ ਕੇ ਉਹਨਾਂ ਨੂੰ ਪਿੱਛੇ ਦੀ ਕੀ ਉਹਦੇ ਮਾਰਿਆ ਕੀ ਨਹੀਂ ਮਾਰਿਆ ਹੈਗਾ ਬਸ ਤੇ ਲੜਾਈ ਦਾ ਕਾਰਨ ਕੀ ਰਿਹਾ ਜੀ ਕਾਰਨ ਕੁਝ ਵੀ ਨਹੀਂ ਹੈਗਾ ਸਰ ਨਾ ਸਾਡੀ ਕੋਈ ਉਹਦੇ ਨਾਲ ਨਾ ਲਾਗ ਡਾਟਾ ਨਾ ਕੋਈ ਦੇਣਾ ਦੇਣਾ ਸਾਡੇ ਉਹ ਵੈਸੇ ਸਾਡੇ ਆਸ ਗਵਾਂਢ 'ਚ ਰਹਿੰਦੇ ਸਾਡੀ ਕੋਈ ਲਾਗ ਲਾਟ ਨਹੀਂ ਸੀਗੀ ਉਹ ਤਾਂ ਉਹਦੇ ਮੁੰਡੇ ਦੀ ਦਾਰੂ ਪੀਤੀ ਹੋਈ ਸੀ ਉਹਨੇ ਆਊਟ ਹੋ ਗਿਆ ਪਤਾ ਨਹੀਂ ਕੀ ਉਹਦੇ ਸੀਨੇ 'ਚ ਮਾਰਿਆ ਕੀ ਨਹੀਂ ਮਾਰਿਆ ਹੈਗਾ ਇਸ ਟਾਈਮ ਉਹ ਹੈ ਨਹੀਂ ਸਾਡੇ ਨਾਲ ਇਸ ਟਾਈਮ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਉਹਨੂੰ ਡੈਥ ਹੋ ਗਈ ਮੁੰਡੇ ਦੀ ਹਾਂਜੀ ਕਿੰਨੀ ਉਮਰ ਸੀ ਮੁੰਡੇ ਦੀ ਨਹੀਂ ਭਾਈ ਤੇ 32 33 ਸਾਲ ਉਮਰ ਵਿਆਹ ਹੈ ਮੁੰਡਾ ਹਾਂਜੀ ਦੋ ਬੱਚੇ ਨੇ ਉਹਨਾਂ ਦੇ ਛੋਟੇ ਛੋਟੇ ਤੇ ਤੇਜ਼ ਸਰ ਹਥਿਆਰ ਨਾਲ ਹਮਲਾ ਕੀਤਾ ਹਾਂਜੀ ਕਿੰਨੇ ਵਜੇ ਦੀ ਘਟਨਾ ਹੈ ਤਾਲਾ ਤੁਲਾ ਲਾਇਆ ਹੋਇਆ ਵਾ ਅੰਦਰ ਬੰਦੇ ਅਸੀਂ ਉਹਨਾਂ ਨੂੰ ਡੱਕ ਕੇ ਲੈ ਕੇ ਜਾ ਰਹੇ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਹੈ ਹੁਣ ਮੰਗ ਸਾਡੀ ਇਹੀ ਆ ਕਿ ਜੋ ਸਾਡੇ ਪਰਿਵਾਰ ਨਾਲ ਹੋਇਆ ਵਾ ਉਹ ਇਦਾਂ ਹੀ ਉਹਨਾਂ ਦੇ ਨਾਲ ਹੋਣਾ ਚਾਹੀਦਾ ਬੱਚੇ ਵੀ ਉਹਨਾਂ ਦੇ ਹਾਂਜੀ ਕਿੰਨੇ ਬੱਚੇ ਛੋਟੇ ਛੋਟੇ ਬੱਚੇ ਨੇ ਇੱਕ 2 ਸਾਲ ਦਾ ਵਾ ਇੱਕ 5 ਸਾਲ ਦਾ ਕੋਈ ਫੁੱਟੇਜ ਸਾਹਮਣੇ ਆਈ ਸੀਸੀਟੀਵੀ ਇਸ ਟਾਈਮ ਤਾਂ ਇਹ ਘਰੇ ਆ ਕੇ ਪਤਾ ਕਰਨਾ ਪੈਣਾ ਇਸ ਟਾਈਮ ਤਾਂ ਅਸੀਂ ਖੁਦ ਘਬਰਾਏ ਹੋਏ ਆ ਇਹਨਾਂ ਨੂੰ ਲੈ ਕੇ ਆਏ ਆਪਣੇ ਪਰਿਵਾਰ ਨੂੰ ਠੀਕ ਹੈ ਬ੍ਰਦਰ ਠੀਕ ਹੈ